एक एफ आई आर भी मंडे थे हुई सियासत तो कोई भी हरफे आखिर नहीं, नहीं। है ये भी रुकावटा पाईया नहीं ये पार्टी की तरफो पाईया गिया है ये उन्होंने अल्फाज हैं और अल्लाह को आवे कोई टूट नहीं तो इन सब इतना बैक के नहीं जाना चाहिए मुस्लिम लीग नून नबील बहुत नुकसान पहुंचाए मैं लेता कि गल नहीं आती कि मैं उम्मीदवार सही में पार्टी के इंतजार होया था दादा को इलेक्शन क्यों ना लड़ सम जेड़े कोई सियासी मेड़े मुखालफ हो ਕਿਆ ਮੋਹਲਫਿੰਚ ਕੋਈ ਸਿਆਸੀ ਤੁਸਾਂ ਪਰਚੇ ਵੀ ਕਰਾਏ ਜੋ ਦੇਸੀ ਤੇਰੀ ਦੇਸੀ ਇਸ ਡੇਰੇ ਚ ਆ ਪਾਈਆਂ ਚ ਕਜ਼ਨ ਚ اختلافات ਵੀ ਅਹਿਮ ਸੀ ਗਾਈ ਵਾਲੇ ਕਾਫੀ ਗਾਲੇ ਵਿਪਾਤ ਇਸਲਾਮੀ ਵਾਲੇ ਉਹ ਤਕਰੀਬਨ ਸਾਰੇ ਦੋਸਤ ਅੱਛਾ ਤੁਸਾਂ ਕੋ ਕਿਤਨੇ ਕੋੜੇ ਤੇ ਸ਼ੇਰ ਨਹੀਂ ਖੁਰਾਕ ਰੋਜ਼ਾਨਾ ਨਹੀਂ ਇੱਕ ਦੂਜੇ ਅਸੀਂ ਨੁਕਸਾਨ ਪਹੁੰਚਾ ਸਕਦੇ ਕੋਈ ਇੰਟਰਵਿਊ ਦਿੱਤਾ

कि अगर आपना जलसा कामयाब करवाना है तो उस डेरे यानी आजी दिलदार खान साहब और डेरे तो बंदा या जलूस पहुंचा है या नहीं पहुंचया इसी एक मिसाल आजी साहब हो एक जलसा कराया मुस्लिम लीग नून ने हवाले जिससे हजारा की तादाद भरपूर रहा जिसने मैनेज किया जनाब आजी इबरार दिलदार खान साहब हो अलका पी उन्नी ने जी अवाम है ਉਹ ਆਜੀ ਇbrar ਦਿਲਦਾਰ ਖਾਨ ਸਾਹਿਬੁਰਾਵਾ ਇੱਕ ਕੈਂਡੀਡੇਟ ਨੇ ਪ੍ਰੋਵਿੰਸ਼ੀਅਲ ਕੈਂਡੀਡੇਟ ਦੇ ਤੌਰ 'ਤੇ ਦੇਖਣੀ ਪੈਣੀ ਹੈ ਇਹ ਜ਼ੁਬਾਨ ਜ਼ਬਿਆਮ ਇੱਕ ਗੱਲ ਕਿ ਆਜੀ ਸਾਹਿਬੁਰਾਵਾ ਅਗੇ ਆਣਾ ਚਾਹੀਦਾ ਹੈ ਔਰ ਕੰਟੈਸਟ ਕਰਨਾ ਚਾਹੀਦਾ ਹੈ ਅੱਜ ਅਸੀਂ ਇਸ ਡੇਰੇ 'ਚ ਆਏ ਆ ਆਜੀ ਇbrar ਦਿਲਦਾਰ ਖਾਨ ਸਾਹਿਬੁਰਾ ਨਵੀਂ ਬਹੁਤ ਸ਼ੁਕਰੀਆ ਜਿਹੜਾ ਇਹਨਾਂ ਦਾ ਵਕਤ ਕੱਢਿਆ ਅਸਾਂ ਟਾਈਮ ਦਿੱਤਾ ਅਸਾਂ ਇੱਜ਼ਤ ਦਿੱਤੀ ਹੈ ਅਸੀਂ ਇਹਨਾਂ ਨੇ ਮਮਨੂਨ ਔ ਮਸ਼ਕੂਰਾ ਤੇ हाजी साहब और कुछ सवाल भी कर सोल सवाल भी हो सुन। शुक्रिया माशा में माशाला तुसी हो है। सोशल मीडिया के, मीडिया और टॉप लीडरशिप मुस्लिम लीग नून नहीं बुलाई है और काफी मैं देखिया इकबाल साहब है राणा सोनाला साहब है बाकी कायदीन है और काफी खुश होके गए नाम में देखया ਇतना ਤੇਜ਼ੀ ਨਾਲ ਇਲੈਕਟਿਵ ਹੋਣਾ ਨੇ ਕਿ ਵਜ੍ਹਾ ਆਈਗੀ ਕੋਈ ਥੋੜਾ ਜਿਹਾ ਦੱਸੋ ਨਾ। ਹੌਸ ਬਿੱੱਲਾ ਮਸ਼ੀਤਾਨ ਰਹਿਮਾਨ ਰਹੀਮ। ਮੀਰ ਸਾਹਿਬ ਤੁਸਾਂ ਨੇ ਵੀ ਸ਼ੁਕਰੀਆ ਰਾਜੇ ਸਾਹਿਬ ਹੋਰ ਨੇ ਸ਼ੁਕਰੀਆ ਤੁਸਾਂ ਨੇ ਅਖਬਾਰ ਨਾ ਵੀ ਸ਼ੁਕਰੀਆ ਕਿ ਦੇਖੋ ਤੁਸਾਂ ਵੀ ਆਪਣਾ ਟਾਈਮ ਕੱਢਿਆ। ਇਸ ਵਿੱਚੋ ਖਾਸ ਗੱਲ ਇਹ ਵੀ ਕਿ ਇਹ ਅਖਬਾਰ ਹੀ ਅਸਨੇ ਆਪਣੇ ਸ਼ਹਿਰ ਜੀ ਜੀ ਬਿਲਕੁਲ ਸਰ ਬਿਲਕੁਲ ਜੀ ਤੇ ਅਸਾਂ ਨੇ ਇਸ ਇਲਾਕੇ 'ਚ ਕੰਮ ਹੀ ਪੱਥਰ ਨੇ ਤੇ ਨਾਮ ਵੀ ਉਸ ਤਰ੍ਹਾਂ ਕੀਤਾ ਜੀ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਬਿਲਕੁਲ ਇਹ ਅਸਾਂ ਵਾਸਤੇ ਵੀ ਫਖਰ ਨਹੀਂ ਗਾ ਲੈ ਮਿਹਰਬਾਨੀ ਹੋ ਚੁੱਕੇ ਦੂਸਰਾ ਮੀਰ ਸਾਹਿਬ ਕੋਈ ਇਨਸਾਨ ਨੇ ਸ਼ੌਕ ਹੋਣਾ ਕੋਈ ਚੀਜ਼ਾਂ ਵਿਰਾਸਤ 'ਚ ਮਿਲਣੀਆਂ ਜਿਹੜੀ ਸਿਆਸਤ ਹੈ ਇਹ ਵੀ ਅਸਾਂ ਵਿਰਾਸਤ 'ਚ ਮਿਲੀ ਠੀਕ ਹੋ ਗਿਆ ਤੇ ਅਸਾਂ ਵਾਸਤੇ ਇਸ ਵਿੱਚ ਕੋਈ ਜਿਹੜੀ ਗੱਲ ਮੈਂ ਸਮਝਣਾ ਕਿ ਕੋਈ ਮੁਸ਼ਕਲ ਨਹੀਂ ਇਲੈਕਸ਼ਨ ਜਿਹੜਾ ਉਹ ਸਿਰਫ ਇਸ ਇਸ ਤੇ ਨਹੀਂ ਹੋਣਾਗੇ ਤੁਸੀਂ ਜਿੱਤ ਜਲੋ ਠੀਕ ਮਰਾਤ ਕਨੋ ਆਪਣੇ ਮਫਾਦ ਹਾਲ ਕਰੋ ਔਰ ਆਪਣੇ ਮਕਸਦ ਹਾਲ ਕਰੋ ਠੀਕ ਹੋ ਗਿਆ ਸਿਆਸਤ ਦਾ ਮਕਸਦ ਇਹ ਨਹੀਂ ਸਿਆਸਤ ਦਾ ਮਕਸਦ عوام ਦੀ ਖੇਦਮਤ ਹੈ ਉਹ ਅਸਾਂ ਬਜ਼ੁਰਗ ਵੀ ਕਰਨੇ ਰਹੇ ਵੀਰ ਸਾਹਿਬ ਹੋਣ ਵੀ ਅੱਲਾ ਗਵਾ ਵੇ ਕਿ ਕੁਝ ਲੋਕ ਅਸਾਂ ਕଲେਜ ਆਣਨ ਕੋ ਲੇਡੀਜ਼ ਕੋਈ ਹੋਰ ਲੋਕ ਤੇ ਆਈ ਸਾਹਿਬ ਆਪਣੀ ਜ਼ਿੰਦਗੀ ਦਾ ਸਾਹ ਇਹ ਦੇਣੇ ਕਿਸੇ ਨੂੰ ਪਤਾ ਨਹੀਂ ਠੀਕ ਹਾਂ ਜੀ ਇਸ ਤਰ੍ਹਾਂ ਹੀ ਠੀਕ ਹੋ ਅਸਾਂ ਨੂੰ ਇਹ ਮਦਦ ਕਰਨੇ ਕਿਸੇ ਨੇ ਇਲਮ ਚ ਨਹੀਂ ਹੈ ਨਹੀਂ ਹੈ ਅਸਾਂ ਵੀ ਡੇਰਾ ਖੋਲੇ ਹੈ ਅਤਲ ਵਸਾ ਅਸੀਂ ਇਹ ਕੋਸ਼ਿਸ਼ ਕਰਨੇ ਆ ਤੇ ਆਈ ਸਾਹਿਬ ਵਾਲੇ ਕੰਮ ਤੇ ਅਸੀਂ ਨਾ ਕਰ ਸਕਨੇ ਠੀਕ ਹੈ ਲੇਕਿਨ ਫਿਰ ਵੀ ਕੋਈ ਵੀ ਬੰਦਾ ਜਿਹੜਾ ਡੇਰੇ ਜਾਣ ਵੜਨਾ ਹੈ ਅਸਾਂ ਨੂੰ ਕੋਸ਼ਿਸ਼ ਹੋਣੀ क्यों सा? जितनी उसने को गाल सुन सकने ये मसला हल कर सकने उतना कसी करने ठीक हो गया और मीर साहब कोई बंदा जो अगर टैक्स ला तो या पिंडी तो ऐसा कुल आ जाना है ठीक है सोचने नहीं गाले पिछो वो इतने शहर इतने डेरे इतने लोग छोड़ के जो अगर ऐसा कुल पहुंचना है ठीक हो गया उसने को वजह ਜਿਸ ਬੰਦੇ ਨੇ ਅੱਲਾਹ ਪਾਕ ਪਾਵਰ ਦੇਨੇ ਨੇ ਤਾਕਤ ਦੇਨੇ ਨੇ ਮੁੱਦ ਦੇਨੇ ਨੇ ਜੁਰਤ ਦੇਨੇ ਨੇ ਔਰ ਇਸ ਚੀਜ਼ ਨਾਲ ਕੱਲ ਪੁੱਛਿਆ ਵੀ ਵੇ ਇਹ ਸੋਚ ਰੱਖ ਕੇ ਤੇ ਅਸੀਂ ਲੱਗੇ ਰਹੇ ਨੇ ਹੁਣ 23 ਮਾਰਚ ਜਿਹੜਾ ਜਲਸਾ ਅਸਾਂ ਕਰਾਇਆ ਹੈ ਜੀ ਜੀ ਵੀਰ ਸਾਹਿਬ ਦੇਖੋ ਇਹ ਉਹ ਟਾਈਮ ਹੈ ਆ ਕਿ ਜਿਸ ਨੂੰ ਹਾਲਾਤ ਵਾਜ਼ਿਆ ਨਹੀਂ ਹੈ ਠੀਕ ਹੋ ਗਿਆ ਕਿ ਆਣੇ ਵਾਲੇ ਟਾਈਮ 'ਚ ਕੀ ਹੋ ਸੀ ਕਿ ਕੀ ਹੋ ਸੀ ਠੀਕ ਹੋ ਗਿਆ ਕੋਈ ਚੀਜ਼ ਵਾਜ਼ਿਆ ਨਹੀਂ ਉਹਨਾਂ ਮੈਂ ਆਖਿਆ ਜਲਸਾ ਅਸੀਂ ਕਰਾਸਾਂ ਠੀਕ ਹੋ ਗਿਆ

ਮੁਖਾਲਫਤਾਂ ਸਿਰਫ ਰੁਕਾਵਟ ਇਸ ਵਜ੍ਹਾ ਤੋਂ ਪਾਈ ਹੈ ਕਿ ਕੋਈ ਵੀ ਖਾਸ ਤੌਰ ਤੇ ਇਸ ਹਲਕੇ ਵਿੱਚ ਜੋ ਇਤਨਾ ਵੱਡਾ ਕੋ ਜਲਸਾ ਨਾ ਹੋਵੇ ਨਾ ਠੀਕ ਹੋ ਗਿਆ ਕਿਉਂਕਿ ਅਰਬਾਂ ਦੇ ਪ੍ਰੋਬਲਮ ਹੋਣੀ ਸਹੀ 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 ਜਿਸ ਦਿਨ ਅਸਨ ਜਲਸਾ ਹੋਣਾ ਉਸ ਤੋਂ ਅਗਲੇ ਦਿਨ ਸ਼ਾਮ ਇੱਕ ਐਫ ਆਈ ਆਰ ਵੀ ਮੜੇ ਤੇ ਹੋਈ ਠੀਕ ਹੈ ਉਸ ਨੇ ਵੀ ਸਿਰੋ ਵਰ ਸਿਰੋ ਵਜਾ ਇਹ ਕਿ ਇਹ ਜਲਸਾ ਰੋਕ ਲਈਏ ਠੀਕ ਲੇਕਿਨ ਅਸਨ ਜਲਸਾ ਵੀ ਕਰਾਇਆ ਠੀਕ ਹੈ ਜਲਸਾ ਕਰਾ ਕੇ ਫਾਰੋਗ ਆਏ ਆ ਤੇ ਉਹ ਐਫ ਆਈ ਆਰ ਵੀ ਖਤਮ ਕਰਾਈ ਠੀਕ ਹੋ ਗਿਆ ਔਰ ਕਾਨੂੰਨਨ ਖਤਮ ਹੋਈ ਠੀਕ ਤੇ ਅਸਾਂ ਨੇ ਬਜ਼ੁਰਗ ਹਮੇਸ਼ਾ ਇਲੈਕਸ਼ਨ ਲੜੇ ਸਹੀ ਲੇਕਿਨ ਕਦੇ ਵੀ ਕਿਸੇ ਟਾਈਮ ਵੀ ਉਹਨਾਂ ਕੋਲ ਕੋਈ ਪਾਵਰ ਨਹੀਂ ਰਹੀ ਉਸਨੇ باوجود ਵੀ ਉਹਨਾਂ ਆਪਣਾ ਧੜਾ ਨਹੀਂ ਛੋੜਿਆ ਸ਼ੁਰੂ ਤੋਂ ਅਸਾਂ ਨਾ ਆਜੀ ਦਿਲਦਾਰ ਖਾਨ ਗਰੁੱਪ ਜਿਹੜਾ ਹੈ ਮਸ਼ਹੂਰ ਹੈ ਇਸੇ ਤਰ੍ਹਾਂ ਹੀ ਤੇ ਅਸੀਂ ਉਸੇ ਕੰਮ ਤੇ ਟੁਰਨੇ ਆਂ ਤੇ ਠੀਕ ਹੋ ਗਿਆ ਤੇ ਇਨਸ਼ਾਅੱਲਾ ਟੁਰਸਾਂ ਵੀ ਜਿਹੜੀ ਰਕਾਵਟ ਆਈ ਉਹ ਵੀ ਦੂਰ ਕਰ ਸਕਾਂ ਠੀਕ ਠੀਕ ਹੈ ਤੇ ਕੋਸ਼ਿਸ਼ ਇਹ ਹੋ ਸੀ ਕਿ ਅਸਾਂ ਨਾ ਖਾਸ ਤੌਰ ਤੇ ਜਿਹੜਾ ਟੈਕਸਲਾ ਸ਼ਹਿਰ ਹੈ ਟੈਕਸਲਾ ਸ਼ਹਿਰ ਉਹ ਸ਼ਹਿਰ ਨਹੀਂ ਆਖਿਆ ਵੀ ਨਾ ਠੀਕ ਹੈ ਅਸਾਂ ਨੇ ਦਿਆ ਸਰਾਉਂਡਿੰਗ ਸਰਾਉਂਡਿੰਗ ਸ਼ਹਿਰ ਨਾਲ ਆਣੇ ਠੀਕ ਹੋ ਗਿਆ ਉਸ ਨੇ ਜਿਹੜੀਆਂ ਤਕਲੀਫਾਂ ਉਹ ਦੂਰ ਹੋਣ ਅੱਜ ਸਾਹਿਬ ਅਜੀਤ ਦਿਲਦਾਰ ਖਾਨ ਸਾਹਿਬ ਨੇ ਵਫਾਤ ਤੋਂ ਬਾਅਦ ਇਹ ਡੇਰਾ ਤਾਂ ਮਾਸ਼ਾਅੱਲਾ ਕਾਇਮ ਦائم ਰਿਹਾ ਹੈ ਤੁਸਾਂ ਨਾਲ ਵੀ ਸਾਰੇ ਮਾਮਲਾਤ ਇੱਥੇ ਉਸੇ ਤਰ੍ਹਾਂ ਚੱਲਨੇ ਕਰਨੇ ਰਹੇ ਲੇਕਿਨ ਉੱਜਮ ਸਿਆਸਤ ਚ ਜਮੂਦ ਆ ਗਿਆ ਹੈ ਅੱਜ ਹੀ ਦਿਲਦਲ ਖਾਨ ਦੇਰੇ ਨਾ ਧਰੇ ਨਾ ਅਕਸ ਇਹ ਦੇਖਿਆ ਗਿਆ ਕਿ ਇੱਕ ਤਾਂ ਮੁਸਲਮਾਨੀ ਨੂਨ ਨਾਲ ਜ਼ਿਆਦਾ ਲਗਾਉ ਰਿਹਾ ਔਰ ਕੋਇਸਤਾਨ ਉਸ ਨਾਲ ਲਗਾਉ ਰਿਹਾ ਹੈ ਜੀ ਇਤਨਾ ਅਰਸਾ ਤੁਸੀਂ ਸਾਲ 2 ਤਰੇ ਸਾਲ ਚਾਰ ਇਹ ਚਾਰ ਸਾਲ ਇਤਨਾ ਖਾਮੋਸ਼ੀ ਤੋਂ ਬਾਅਦ ਜਿਸ ਟਾਈਮ ਦੁਬਾਰਾ ਐਕਟਿਵ ਹੋਇਓ ਤੇ ਦੁਬਾਰਾ ਹੀ ਨੂਨ ਲੀਗ ਤੋਂ ਹੀ ਐਕਟਿਵ ਹੋਇਓ ਇਹ ਖਾਮੋਸ਼ੀ ਕਿਉਂ ਹੋਈ ਤੇ ਤੁਸੀਂ ਹਜ਼ਨ ਨੂਨ ਲੀਗ ਨਾਲ ਹੀ ਬਣਨਾ ਹੈ ਤੇ ਇਸ ਨਾਲ ਤਾਂ ਟੁੱਰੇ ਹੋ ਕੀ ਵਜਾਈ ਜੀ ਜ਼ਰੂਰ ਜਲੇ ਫੌਤ ਹੋਏ ਸਭ ਤੋਂ ਪਹਿਲੇ ਤਾਂ ਇਤਨੀ ਇੱਕ ਵੱਡੀ ਜ਼ਿੰਮੇਵਾਰੀ ਅਸਾਂ ਤੇ ਉਹਨਾਂ ਦੀ ਫੌਤ ਕੀ ਲਈ ਪਾਇਆ ਠੀਕ ਅੱਛਾ ਉਹ ਅਲੱਗ ਹੀ ਤਾਂ ਅਸਾਂ ਦੁਆ ਦਰੂਦ ਸਾਰਾ ਸਿਸਟਮ ਜੋ ਵੀ ਮਤ ਕੋਸ਼ਿਸ਼ ਇਹ ਅਸਾਂ ਕੀਤੀ ਜਿਸਲੇ ਕੋਈ ਵੱਡਾ ਵੱਡਾ ਸਰੇ ਤੇ ਨਾ ਰਹੇਵੇ ਤੇ ਫਿਰ ਬੰਦਾ ਹਰ ਬੰਦਾ ਆਪਣੀ ਖੁਆਇਸ਼ ਤੇ ਲੱਗ ਵਈਂਦਾ ਠੀਕ ਹੋ ਗਿਆ ਜੋ ਉਸਨੇ ਦਿਲ ਵਿੱਚ ਉਹਨੀ ਵਰਮਾਨ ਪੂਰਾ ਕਰਨਾ ਹੈ ਠੀਕ ਹੋ ਗਿਆ ਤੇ ਅਸਾਂ ਨੇ ਵੀ ਇਹ ਹੀ ਮਾਮਲਾਤ ਹੈ ਅੱਛਾ ਕਮੋਸ਼ੀ ਸਰਵਿਸ ਵਜਾ ਤੋ ਅੱਛਾ ਦੂਸਰੀ ਚੀਜ਼ ਰਹਗੀ ਪਾਰਟੀ ਅੱਛਾ ਪਾਰਟੀ ਮੀਰ ਸਾਹਿਬ ਮੁਸਲਮ ਲੀਗ ਅਸਨ ਹੀ ਕੋਈ ਹੁਣ ਤੋਂ ਨਹੀਂ ਨਹੀਂ ਠੀਕ ਹੈ ਇਹ ਅਸਨੇ ਦਾਦਾ ਬਾਬਰ ਨੇ ਟਾਈਮ ਤੋਂ ਠੀਕ ਅਸੀਂ ਹਮੇਸ਼ਾ ਮੁਸਲਮ ਲੀਗ ਨਾਲ ਰਹੇ ਆ ਸਹੀ ਫਿਰ ਕਿਸੇ ਟਾਈਮ ਕੋ ਥੋੜਾ ਸਜਾ ਖਬਾ ਵੀ ਹੋਇਆ ਉਸਨੇ ਵੀ ਕੋਈ ਨਾ ਕੋਈ ਵਜ੍ਹਾ ਹੋਣੀ ਫਿਰ ਅਸਨ ਬਜ਼ੁਰਗ ਜਿਸਲੇ ਫੌਤ ਹੋਏ ਉਹਨਦੇ ਅਸੀਂ ਚੌਧਰੀ ਸਾਹਿਬ ਨਾਲ ਚੌਧਰੀ ਸਾਹਿਬ ਜਿਸ ਲਈ ਆਜ਼ਾਦ ਇਲੈਕਸ਼ਨ ਲੜੇ ਜਿੱਤ ਕੇ ਲੜੇ ਨਾ ਅਸੀਂ ਚੌਧਰੀ ਸਾਹਿਬ ਨਾਲ ਲਈ ਠੀਕ ਹੋ ਗਿਆ ਲੇਕਿਨ ਅਸਲ ਜ਼ਹਿਨ ਚ ਇੱਕ ਚੀਜ਼ ਹੈ ਕਿ ਚੌਧਰੀ ਸਾਹਿਬ ਜੇਕਰ ਜਿੱਤ ਵੀ ਗਏ ਤੇ ਇਹਨਾਂ ਗਾਣਾ ਕਿਸੇ ਸਾਈਡ ਤੇ ਵੀ ਨਹੀਂ ਠੀਕ ਹੋ ਗਿਆ ਇਹਨਾਂ ਰੇ ਨੂਨ ਨਹੀਂ ਲਈ ਸਹੀ ਸਹੀ ਠੀਕ ਹੈ ਬਾਅਦ ਜਿਸ ਲਈ ਜ਼ਿਮਨੀ ਇਲੈਕਸ਼ਨ ਆਇਆ ਹੈ ਤੇ ਇਹ ਸੱਚੇ ਅਸਾਂ ਚੌਧਰੀ ਸਾਹਿਬ ਨੂੰ ਪੁੱਛਿਆ ਅਸੀਂ ਕੀ ਕਰਾਂ ਠੀਕ ਹੈ ਤੁਸਾਂ ਕੋ ਕੈਨੇਡਾ ਖਲਾਰਨਾ ਹੈ ਆਪ ਖਲਣਾ ਹੈ ਜ਼ਬਾਨ ਨਾ ਕਰਾ ਇੱਕ ਦਫਾ ਪੁੱਛਿਆ ਦੂਜੀ ਦਫਾ ਪੁੱਛਿਆ ਤੀਜੀ ਦਫਾ ਪੁੱਛਿਆ ਤੇ ਉਹਨਾਂ ਅਜਾ ਤੁਸੀਂ ਨੂਨ ਨਹੀਂ ਸਪੋਰਟ ਕਰੋ ਇਹ ਉਹਨਾਂ ਨੇ ਅਲਫਾਜ਼ ਹੁਣ ਔਰ ਅੱਲਾ ਗਵਾਹ ਹੈ ਇਸ ਕੋਈ ਝੂਠ ਨਹੀਂ ਫਿਰ ਆ ਗਿਆ ਅਜੀਬ ਸਾਹਿਬ ਅਗੇ ਠੀਕ ਹੈ ਉਮਰ ਫਰੂਕੁਰੀ ਠੀਕ ਹੋ ਗਿਆ ਰਿਸਟੇਡ ਸਾਹਿਬ ਆ ਗਿਆ ਅਸਾਂ ਫਿਰ ਉਹਨਾਂ ਹੀ ਸਪੋਰਟ ਕੀਤਾ ਹੈ ਅਸੀਂ ਹੈ ਨੂਨ ਨੇ ਠੀਕ ਹੈ ਅਸਲ ਜੀ ਪਾਰਟੀ ਮੁਸਲਿਮ لیگ ਹੈ ਠੀਕ ਹੋ ਗਿਆ ਜਿਹੜੀ ਵਜ੍ਹਾ ਖਮੋਸ਼ੀ ਨਹੀਂ ਉਹ ਤੁਸੀਂ ਖੁਦ ਬਿਹਤਰ ਸਮਝਨੇ ਹੋ ਕਿ ਬਜ਼ੁਰਗਾਂ ਤੋਂ ਬਾਅਦ ਉਹ ਕੁਝ ਮਾਮਲਾ ਡਿਸਟਰਬ ਹੋਣ ਡਿਸਟਰਬ ਹੋ ਗਏ ਠੀਕ ਹੋ ਗਏ ਨੈਕਸਟ ਆਣੇ ਲਈ ਦੌਰ ਚ ਆਣੇ ਲਈ ਇਲੈਕਸ਼ਨ ਚ ਤੁਸੀਂ ਚੌਧਰੀ ਨਿਸਾਰ ਦੀ ਖਾਨ ਸਾਹਿਬ ਨਾਲ ਕਿਰਦਾਰ ਕੀ ਪਿਤਕਨੇ ਹੋ ਇਸ ਇਲਾਕੇ ਚ ਐਨੇ 63 ਜਾਂ ਹੁਣ ਜਿਹੜਾ ਕੋਈ ਐਨ 57 ਦਾ ਬਣਨਾ ਹੈ ਇਸ ਚ ਤੁਸੀਂ ਉਹਨਾਂ ਨਾਲ ਕੀ ਰੋਲ ਪਿਤਕਨੇ ਹੋ ਚੌਧਰੀ ਸਾਹਿਬ ਅਸਾਂ ਨੇ ਲੀਡਰ ਰਹਿ ਠੀਕ ਹੋ ਗਏ ਅਸਾਂ ਸਤੋਂ ਹੁਣ ਵੀ ਕਾਬਲੇ ਇਤਰਾਮ ਹਾਂ ਸਹੀ ਕਾਲਾ ਸੀ ਉਹ ਨਾਲ ਰਹੇ ਆ ਉਹਨਾਂ ਨੇ ਨਾਰੇ ਮਾਰੇ ਨੂੰ ਨਾ ਵੋਟਾਂ ਪਾਈਆਂ ਤਾਂ ਜਿਸੀਂ ਆਖਾਂ ਕਿ ਜਰਾ ਉਹਨਾਂ 'ਚ ਇੱਕ ਖਾਮੀ ਹੈ ਇਹ ਇੱਕ ਖਾਮੀ ਸਹੀ ਚੋੜੀ ਸਾਹਿਬ ਇਤਨਾ ਬੈਕ ਤੀ ਨਹੀਂ ਜਾਣਾ ਚਾਹੀਦਾ ਠੀਕ ਹੈ ਚੋੜੀ ਸਾਹਿਬ ਹੁਣ ਵੀ ਕਿਸੇ ਮਕਾਮ ਤੇ ਵੀ ਜੇ ਅਗਰ ਆਏ ਕਿਸੇ ਵਾਲਨਲ ਵੀ ਆਏ ਮਿਹਨਤ ਉਹਨਾਂ ਬਹੁਤ ਜ਼ਿਆਦਾ ਕਰਨੀ ਪੈਸੀ ਤੇ ਉਹਨਾਂ ਦੀ ਜਿਹੜੀ ਪਾਰਟੀ ਜਿਹੜਾ ਤੜਾ ਹੈ ਜਿਹੜਾ ਗਰੁੱਪ ਹੈ ਉਹ ਮੁੰਤਸ਼ਰ ਹੋਊਗਾ

ਤੇ ਅਸਾਂ ਨੇ ਮੁਲਕ 'ਚ ਬੰਬ ਬਲਾਸਟ ਦਹਿਸ਼ਤਗਰਦੀ ਬਿਲਕੁਲ ਇੰਤਹਾ ਤੇ ਸਹੀ ਤੇ ਉਹ ਜੇ ਅਗਰ ਵਜ਼ੀਰ ਦਾਖਲਾ ਰਹੇ ਤਾਂ ਫਿਰ ਉਹਨਾਂ ਨਾਲ ਕੋਈ ਕਿਰਦਾਰ ਹੈ ਨਾ ਸਹੀ ਕੋਈ ਚੀਜ਼ ਅਗਰ ਖਤਮ ਹੋਈ ਹੈ ਨੂਨ ਲੀਗ ਨੇ ਟਾਪ ਲੀਡਰਸ਼ਿਪ ਇਹ ਸਮਝਣੀ ਹੈ ਕਿ ਚੌਧਰੀ ਸਾਹਿਬ ਰਾਂ ਮੁਸਲਮ ਲੀਗ ਨੂੰ ਨਾ ਵੀ ਨੁਕਸਾਨ ਪਹੁੰਚਾਇਆ ਹੈ ਕੀ ਇਹ ਗੱਲ ਠੀਕ ਹੈ ਨਹੀਂ ਮੀਰ ਸਾਹਿਬ ਅੱਛਾ ਹਰ ਪਾਰਟੀ 'ਚ ਇਖਤਲਾਫ ਹੋਣਾ ਹੈ ਸਹੀ ਚੋਰੀ ਸਾਹਿਬ ਨੂੰ ਨਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਸਹੀ ਤੇ ਪਾਰਟੀ ਦੇ ਅੰਦਰ ਇਹ ਸਿਸਟਮ ਟਿਕਾ ਰਹਿਣਾ ਹੈ ਠੀਕ ਹੈ ਚੋਰੀ ਸਾਹਿਬ ਦੇਖੋ ਮੁਫਾਤ ਪ੍ਰਸਤ ਹੋਵਾਂ ਜਿਸ ਵੇਲੇ ਦੁਨੀਆ ਪਾਰਟੀਆਂ ਉਹਨਾਂ ਨੂੰ ਬੁਲਾਈਆਂ ਰਹੀਆਂ ਨੇ ਤੇ ਉਹ ਚਲੇ ਜਾਵਾਂ ਸਹੀ ਉਹ ਕਿਸੇ ਪਾਸੇ ਵੀ ਨਹੀਂ ਗਿਆ ਠੀਕ ਉਹ ਹੁਣ ਵੀ ਆਪ ਨੇ ਲੇਕਿਨ ਉਹ Imran Khan ਸਾਹਿਬ ਨਾਲ ਵੀ ਮੁਲਾਕਾਤ ਕਰਨੇ ਦੂਏ ਪਾਸੇ ਉਹ ਫੈਸਲਾ ਨਹੀਂ ਕਰ ਪਾਏ ਦੇਖੋ ਜੀ وجہ Imran Khan ਨਾਲ ਮੁਲਾਕਾਤ ਜੇਕਰ ਕਰਨੇ ਹੈ ਜਿਸ ਵੇਲੇ ਪਟਿਆਲਾ ਹੀ ਨਵੀਂ ਗਵਰਨਮੈਂਟ ਬਣੀ ਸਹੀ ਉਸ ਉਲਿਹਾਰ ਬੰਦਾ ਜਿਹੜਾ ਨਾਲ ਜਾਣੇ ਸਤੇ ਤਿਆਰ ਆ ਬੜੇ ਲੋਕ ਨਾਲ ਗਏ ਵੀ ਠੀਕ ਉਹਨਾਂ ਕੋਲ ਸੁਨਹਿਰੀ ਮੌਕਾ ਆ ਪਾਰਟੀ ਤੋਂ ਜਵਾਨ ਨਹੀਂ ਕੀਤੀ ਸਹੀ ਹੋ ਗਿਆ ਸਹੀ ਹੈ ਆਜੀ ਸਾਹਿਬ ਇਲਾਕੇ ਦੇ ਲੋਕ ਅਗਰ ਤੁਸੀਂ ਆਖਣੇ ਜੀ ਤੁਸੀਂ ਲੀਡ ਕਰੋ ਅਸਾਂ ਵਾ ਤੁਸੀਂ ਅੱਗੇ ਆਓ ਔਰ ਇਹ ਇਲੈਕਸ਼ਨ ਅਲਕਾ ਪੀਪੀ 19 ਨਾ ਕੰਟੈਸਟ ਕਰੋ ਤੁਸੀਂ ਕਰਸੋ ਇਲੈਕਸ਼ਨ ਲੜਸੋ ਫਿਰ ਦੇਖੋ ਜੀ ਹੁਣ ਵੀ ਕਾਫੀ ਜ਼ਿਆਦਾ ਗੱਪ شپ ਚੱਲਨੀ ਕਾਫੀ ਜ਼ਿਆਦਾ ਇੰਟਰਵਿਊ ਵੀ ਤੱਕ ਨੇ ਸਹੀ ਮੈਂ ਲੈਤਾ ਕਿ ਗੱਲ ਨਹੀਂ ਆਖੀ ਕਿ ਮੈਂ ਉਮੀਦਵਾਰ ਹਾਂ ਸਹੀ ਠੀਕ ਹੈ ਉਸ ਦੀ ਵਜ੍ਹਾ ਇਹ ਵਿੱਚ ਸਲੇ ਆਪਣੀ ਪਾਰਟੀ ਮਨਜ਼ਮ ਨਾ ਰਹੀ ਸੇ ਉਮੀਦਵਾਰ ਮੈਂ ਹਾਂ ਜਾਂ ਕੋਈ ਹੋਵੇ ਸਹੀ ਆਪਣੀ ਪਾਰਟੀ ਜੇ ਇੰਤਿਸ਼ਾਰ ਹੋਇਆ ਦਿਖਾਦਾ ਕੋਈ ਨਹੀਂ ਅਸਾਂ ਨੇ ਲੀਡਰਾਂ اعلی ਕਿਆਦਤ ਜਿਹੜੀ ਉੱਤੇ ਬੈਠੀ ਆਇਆ ਕੋਣਾਂ ਕੋਲ ਬਾਤ ਨਹੀਂ ਉਹਨਾਂ ਕੋਲ ਹਰ ਹਲਕੇ ਨਹੀਂ ਮਾਲੂਮਾਤ ਆਇਆ ਠੀਕ ਹੋ ਗਿਆ ਤੇ ਜੇ ਅਗਰ ਪਾਰਟੀ ਇਹ ਇਤਮਾਦ ਕੀਤਾ ਇਸ ਕਾਬਲ ਜੇ ਅਗਰ ਸਮਝਿਆ ਨੇ ਆਵਾਮ ਜੇ ਅਗਰ ਚਾਹਿਆ ਤੇ ਇਲੈਕਸ਼ਨ ਕਿਉਂ ਨਾ ਲੜਸਾਂ ਜ਼ਰੂਰ ਨਾ ਲੜਸਾਂ ਸਹੀ ਔਰ ਅਸਾਨੀ ਪਾਰਟੀ ਹੋਰ ਵੀ ਜਿਸ ਬੰਦੇ ਵੀ ਟਿਕਟ ਦਿੱਤਾ ਤੇ ਅਸੀਂ ਕੋਈ ਬੇਇਮਾਨੀ ਨਾ ਕਰਨੇ ਠੀਕ ਹੋ ਗਿਆ ਉਸ ਨੂੰ ਵੀ ਸਪੋਰਟ ਇੰਜ ਹੀ ਕਰਸਾਂ ਜਿਸ ਤਰ੍ਹਾਂ ਖੁਦ ਇਲੈਕਸ਼ਨ ਚ ਖੜਦੇ ਗੁੱਡ ਅੱਛਾ ਆਈ ਸਾ ਬਿੱਥੇ ਇੱਕ ਹੀ ਚੀਜ਼ ਹੈ ਕਿ ਆਜੀ ਮਲਕਮ ਔਰ ਫਾਰੂਕ ਸਾਹਿਬ ਉਹ ਵੀ ਕੈਂਡੀਡੇਟ on PP19 ਨੇ ਜ਼ਿਸ਼ਾਨ সিদ্দিক ਬਾਟ ਸਾਹਿਬ ਵੀ ਜਿਹੜਾ ਸਾਬਕਾ ਇਲੈਕਸ਼ਨ ਨੂਨ ਲੀਗ ਨੇ ਹੀ ਪਲੇਟਫਾਰਮ ਤੋਂ ਲੜਿਆ ਆ। ਇਬਰਾਰ ਦਿਲਦਾਰ ਖਾਨ ਸਾਹਿਬ ਵੀ ਉਹ ਵੀ ਕੈਂਡੀਡੇਟ on ਫਿਆਜ਼ ਖਾਨ ਤਨੌਲੀ ਸਾਹਿਬ ਹਨ ਜਿਹੜਾ ਹਾਲ ਹੀ ਚੋਂ ਲੰਡਨ ਚ ਮੁੜ ਕੇ ਆਂ ਮੀਆਂ ਸਾਹਿਬ ਨਾਲ ਮੁਲਾਕਾਤ ਵੀ ਮਾਰੀ ਨੇ। ਅਗਰ ਸੁਪੋਜ਼ ਉਹਨਾਂ ਹੀ PP19 ਨੇ ਟਿਕਟ ਚਾਹ ਦੇਣੀ ਹੈ। ਅਗਰ ਤੁਸਾਂ ਤੋਂ ਇਲਾਵਾ ਪਾਰਟੀ ਅਗਰ ਟਿਕਟ ਕਿਸਿਆਂ ਚਾਹ ਦੇਣੀ ਹੈ ਤੇ ਤੁਸੀਂ ਆਮੀਨ ਅਕਸ ਉਸ ਚੀਜ਼ਾਂ ਤੇ

ਕਿੱਟਕੜ ਮਾਂ ਨਹੀਂ ਮਿਲਣਾ ਤੇ ਮੈਂ ਦੂਸਰੀ ਸਾਈਡ ਤੇ ਚਲਾ ਜਾਸਾਂ ਦੂਜਾ ਕੋਈ ਆਣਾ ਮਾਂ ਨਹੀਂ ਮਿਲਣਾ ਇਹ ਕਿਤੇ ਮੁਫਾਦ ਹੋ ਗਿਆ ਸਹੀ ਮੁਫਾਦ ਪ੍ਰستی ਹੋ ਗਈ ਠੀਕ ਹੋ ਗਿਆ ਫਿਰ ਅਸਾਂ ਨੂੰ ਬਜ਼ੁਰਗਾਂ ਨੇ ਟਾਈਮ ਨਹੀਂ ਤਾਰੀਖ ਵੀ ਵੇਖ ਕੇ ਨੂੰ ਉਹਨਾਂ ਹਮੇਸ਼ਾ ਟਿਕੋ ਉਸ ਵੇਲੇ ਕਿ ਦਾ ਜਿਸ ਲਈ ਕੋਈ ਵੀ ਨਹੀਂ ਕਿਨ ਲਾਇਆ ਠੀਕ ਹੋ ਗਿਆ ਉਹਨਾਂ ਹਮੇਸ਼ਾ ਕੁਰਬਾਨੀ ਦਿੱਤੀ ਠੀਕ ਹੋ ਗਿਆ

ਬਹੁਤ ਹੋ ਗਿਆ ਨਲਾਪਾ ਕੇ ਮੰਨ ਲਿਆ ਉਹਨਾਂ ਨੇ ਸਹੀ ਸਹੀ ਉਹਨਾਂ ਨੇ ਸ਼ਕਲੋ ਸੂਰਤ ਜੇਕਰ ਤੁਸੀਂ ਤਕੋਤੇ ਆਮ ਲੋਕ ਦੇ ਗਾਲਾ ਨੇ ਇਹ ਕਰਖ ਇਹ ਪੜਿਆ ਨਹੀਂ ਡਾਡਾ ਤੇ ਕਰਖ ਤਾਂ ਠੀਕ ਹੋ ਉਹਨਾਂ ਨਾਲ ਅਸੀਂ ਖਾਣੇ ਪੀਣੇ ਰਹੇ ਆ ਮੇਲੇ ਤੱਕ ਨੇ ਰਹੇ ਆ ਬੈਨੇ ਰਹੇ ਆ ਸਹੀ ਹੈ ਉਹਨਾਂ ਦਾ ਦਿਲ ਦਿਮਾਗ ਸੋਚ ਬਿਲਕੁਲ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਇੱਕ ਮਾਸੂਮ ਬੱਚੇ ਨੇ ਨਹੀਂ ਹੁੰਨੀ ਠੀਕ ਹੈ ਫਿਰ ਉਹ ਫੋਤ ਹੋਏ ਤੇ ਅਸੀਂ ਗਏ ਆ ਤੇ ਵੱਡੇ ਵੱਡੇ

ਤਾਲੀਮ ਕਿਥੋਂ ਹਾਸਲ ਕੀਤੀ ਤੇ ਤਰਬੀਅਤ ਤੁਸੀਂ ਨੇ ਕਿਸ ਕੀਤੀ ਆ ਮੀਰ ਸਾਹਿਬ ਤਾਲੀਮ ਅਸਾਂ ਮਿਡਲ ਤੱਕ ਆਪਣੇ ਸਕੂਲ ਉਸਮਨ ਖਟੜ ਚ ਪੜ੍ਹੇ ਠੀਕ ਹੈ ਉਸ ਤੋਂ ਬਾਅਦ ਮੈਟ੍ਰਿਕ ਅਸਾਂ ਜਿਹੜੀ ਇਹ ਉਹ ਪੈਰੇ ਤੋਂ ਕੀਤੀ ਅੱਛਾ ਪੈਰਾ ਗ੍ਰਾਂਡ ਤੋਂ ਤੇ ਉਸ ਤੋਂ ਬਾਅਦ ਫਿਰ ਅਸੀਂ ਅਰੀਪਰ ਚਲੇ ਗਏ ਅੱਛਾ ਅੱਛਾ ਐਫ ਏ ਬੀ ਏ ਅਸਾਂ ਅਰੀਪੁਰ ਇਬਤਬਾਦ ਬੋਰਡ ਤੋਂ ਅੱਛਾ ਤਾਂ ਬੋਰਡ ਠੀਕ ਹੋ ਗਿਆ ਜੀ ਤੇ ਰਹਿ ਗਈ ਤਰਬੀਅਤ ਅੱਛਾ ਤਰਬੀਅਤ ਦੇਖੋ ਜਿਹੜੇ ਵਲਦੈਨ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਉਹ ਜੋ ਕੁਝ ਕਰਨੇ ਨੇ ਕੁਝ ਚੀਜ਼ਾਂ ਦਾ ਬੰਦਾ ਤੱਕ ਕੇ ਸਿੱਖਣਾ ਹੈ ਠੀਕ ਹੈ ਤੇ ਕੁਝ ਵਲਦੈਨ ਐਸਾ ਸਿਸਟਮ ਰੱਖਣੇ ਨੇ ਬੱਚਿਆਂ ਨਾਲ ਸਹੀ ਤੇ ਉਹ ਹੀ ਉਹਨਾਂ ਦੀ ਤਰਬੀਅਤ ਹੋਣੀ ਠੀਕ ਹੋ ਗਿਆ ਅਸਾਂ ਤਾਂ ਜੋ ਕੁਝ ਵੀ ਸਿੱਖਿਆ ਆਪਣੇ ਬਜ਼ੁਰਗਾਂ ਤੋਂ ਔਰ ਵੱਡਿਆਂ ਵਡੇਰਿਆਂ ਤੋਂ ਸਿੱਖਿਆ ਸਿੱਖਿਆ ਠੀਕ ਹੋ ਗਿਆ ਅੱਜ ਸਭ ਤੁਸੀਂ ਜਰਾ ਇਹ ਦੱਸੋ ਕਿ ਤੁਸੀਂ ਨੇ ਬੱਚੇ ਕਿਤਨੇ ਇਹ ਥੋੜਾ ਜਿਹਾ ਕਾਈਂਡਲੀ ਜਰਾ ਦੱਸੋ ਇਹ ਮੀਰ ਸਾਹਿਬ ਮਿੰਡੇ ਆਪਣੇ ਬੱਚੇ ਤੇ ਹਲੇ ਕੋਈ ਵੀ ਨਹੀਂ ਚਲੋ ਅੱਲਾ ਦੀ ਤਰਫੋਂ ਠੀਕ ਹੈ ਠੀਕ ਹੋ ਗਿਆ ਤੇ ਵਜਾ ਵੀ ਰੱਬ ਨਹੀਂ ਦੇ ਨੇ ਰੱਬ ਨੇ ਖਜ਼ਾਨੇ ਚ ਕਮੀ ਕੋਈ ਕਮੀ ਕੋਈ ਨਹੀਂ ਠੀਕ ਹੋ ਗਿਆ ਤੇ ਤਿੰਨ ਪਤੀ ਜਨਮ ਦੇ ਅੱਛਾ ਮਾਸ਼ਾਅੱਲਾ ਉਹ ਮਾਸ਼ਾਅੱਲਾ ਜਵਾਨ ਹੁਣ ਸਹੀ ਉਹ ਪੜਨੇ ਵੀ ਲਗੇ ਕੇ ਨਾਂ ਨਹੀਂ ਉਹਨਾਂ ਨੇ ਸਭ ਤੋਂ ਵੱਡਾ ਜਿਹੜਾ ਭਤੀਜਾ ਹੈ ਉਸ ਦਾ ਨਾਮ ਹੈ ਮੁਜ਼ਮਲ ਖਾਨ ਮਾਸ਼ਾਅੱਲਾ ਠੀਕ ਹੈ ਉਸ ਤੋਂ ਛੋਟਾ ਜਿਹੜਾ ਹੈ ਉਹ ਬਿਲਾਲ ਖਾਨ ਹੈ ਠੀਕ ਹੋ ਗਿਆ सारिया तो छोटा जो आफत जाबत जमान है अच्छा अच्छा माशाल्लाह जी माशाल्लाह आजी साहब सोर्स ऑफ इनकम आमदनी कितों कितों आनी थोड़ा जा कोई एज दस जरा इस हवाले ना जी साहब इस तरह असा ना एक तो क्रशर ना काम करोबार है माइंस ने ठीक है तो दूसरा बेसिकली असि जमींदार अच्छा ठीक है जरा अपना लवा बस्ता असि ठीक

ਦੇਖੋ ਜੀ ਮੀਰ ਸਾਹਿਬ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਅਸਾਂ ਨੇ ਬਜ਼ੁਰਗਾਂ ਕੋਲ ਕਦੇ ਕੋਈ ਪਾਵਰ ਜਾਂ ਮਿਨਿਸਟਰੀ ਨਹੀਂ ਰਹੀ ਠੀਕ ਹੋ ਗਿਆ ਉਸ ਤੋਂ ਬਾਵਜੂਦ ਵੀ ਅਸਾਂ ਨੇ ਬਜ਼ੁਰਗਾਂ ਇਹ ਗਿਰਨਾ ਪਿੰਡਾਂ ਗਰਾਵਾਂ ਵਿੱਚ ਕਬਰਸਤਾਨ ਅਸ ਤੇ ਜ਼ਮੀਨਾਂ ਦਿੱਤੀਆਂ ਠੀਕ ਹੈ ਕੁਝ ਰਸਤੇ ਐਸੇ ਹੈ ਕਿ ਜਿਹੜੇ ਪੱਕੇ ਕਰਾਏ ਨੇ ਠੀਕ ਅੱਛਾ ਕੋਈ ਟਿਊ ਵਾਲਾ ਨੇ ਬਿੱਲ ਹੋਣੇ ਕਿ ਜਿਹੜੇ ਪੂਰੇ ਨਹੀਂ ਹੋਣੇ ਠੀਕ ਹੋ ਗਿਆ ਉਹ ਬਿੱਲ ਜਿਹੜਾ ਉਹ ਦੇਣੇ ਹੈ ਠੀਕ ਹੈ

ਇਕ ਤਾਂ ਸਨ ਆਪਣਾ ਗ੍ਰਾਮ ਹੈ ਤੇ ਉਸ ਨਾਲ ਰਸਤਾ ਹੈ ਇੱਕ ਬਾਰ ਬਾਰ ਬਾਈਪਾਸ ਆਖ ਕੇ ਨੋ ਤੁਸੀਂ ਠੀਕ ਹੈ ਲੋਕ ਜਿਸ ਨੂੰ ਲੱਗਨੇ ਨਾ ਇਧਰੋਂ ਬਲਾਸਟਿੰਗ ਵਾਲੀ ਜਗ੍ਹਾ ਤੋਂ ਮਸ਼ੀਨ ਵਾਲੀ ਜਗ੍ਹਾ ਤੋਂ ਲੇਡੀਜ਼ ਔਨ ਪ੍ਰੋਬਲਮ ਹੁੰਨੀ ਠੀਕ ਹੈ ਤੇ ਆਪਣੇ ਦੌਰ ਵਿੱਚ ਉਹਨਾਂ ਉਹ ਪੂਰਾ ਖਾਕਾ ਬਲਡوزر ਲਾ ਕੇ ਕੱਟ ਕੇ ਇੱਕ ਰਸਤਾ ਬਣਾਇਆ ਤੇ ਉਹ ਪੈਂਡਿੰਗ ਈਅਰ ਨਾਲ ਜ਼ਿੰਦਗੀ ਜ ਬਣ ਨਹੀਂ ਸਕਿਆ ਅੱਛਾ

क्या मुखालफी ची कोई सियासी तुसा परचे भी कराए या कोई ऐसी कोई गल बात नहीं हुई तुसा इस चीज का ध्यान ही नहीं किया नहीं असा इस चीज का ध्यान कोई भी नहीं किया अच्छा कोई तो सा उंगली चीज उठा सकना या नहीं उठा सकना कोई भी नहीं असा किसी तो कोई परचा नहीं कराया अच्छा ठीक है कोई सियासी सवाल है ना कोई ऐसी बात बात नहीं कोई भी नहीं अक्सर का सोशल मीडिया च भी देखा गया जैन तुसा ना सूफियाना फलसफा एक ये चीज है तुसा अक्सर का इधर देखा गया मीर साहब असा ने

ਕੋਈ ਖੰਦਾਨੀ ਮਾਮਲਾਤ ਹੈ ਐਸਾ ਨਹੀਂ ਠੀਕ ਹੈ ਦੂਸਰੀ ਚੀਜ਼ ਇਹ ਵੇ ਕਿ ਇਹ ਜ਼ਰੂਰੀ ਨਹੀਂ ਪੀਰ ਨਾ ਪੁੱਤਰ ਪੀਰ ਹੋ ਸੀ ਠੀਕ ਹੈ ਤੇ ਕਦੇ ਨਹੀਂ ਹੋ ਸਕਣਾ ਅੱਛਾ ਦੂਸਰਾ ਮੈਂ ਆ ਮੰਡੇ ਪਾ ਇਨਸਾਰਿਆਂ ਨਹੀਂ ਆਪਣੀ ਆਪਣੀ ਸੋਚ ਹੈ ਸਹੀ ਹਰ ਬੰਦਾ ਆਪਣੀ ਸੋਚ ਦੇ ਮੁਤਾਬਕ ਲਗੇ ਹੈ ਠੀਕ ਹੋ ਗਿਆ ਜ਼ਾਹਰ ਹੈ ਅਸੀਂ ਇੱਕ ਹੀ ਖੂਨ ਆ ਤੇ ਜਿਹੜਾ ਮਿਸ਼ਨ ਮੰਡ ਹੈ ਜਾਂ ਜਿਹੜਾ ਮਕਸਦ ਮੰਡ ਹੈ ਜੋ ਬਜ਼ੁਰਗਾਂ ਜ਼ਿੰਦਗੀ ਚ ਕੀਤਾ ਹੈ ਠੀਕ ਹੈ ਜੋ ਕਰਨੇ ਰਹੇ ਉਸੇ ਮਿਸ਼ਨਾਂ ਕਰਨ ਦੇ ਟੁਰਨੇ ਆ ਬੈ ਸਹੀ ਹੈ ਤੇ ਬਾਕੀ ਹਰ ਬੰਦਾ ਉਹ ਖੁਦ ਮੁਖਤਾਰ ਹੈ ਠੀਕ ਹੈ ਕੋਈ ਕਿਸੇ ਨਾਲ پابੰਦ ਨਹੀਂ ਠੀਕ ਹੋ ਗਿਆ ਤੇ ਬਜ਼ੁਰਗ ਹੈ ਉਹਨਾਂ ਮਾਂ ਤੇ ਇੱਕ ਗੱਲ ਸਮਝਾਈਏ ਮੈਂ ਉਸੇ ਤੇ ਕਰ ਬਾਂਦਾ ਤੇ ਉਹਨਾਂ ਆਖਿਆ ਜਿਸ ਲਈ ਇਨਸਾਨ ਦੀ ਆਵਾਜ਼ ਆਵਾਂ ਵਿੱਚੋਂ ਆਵੇ ਤਾਂ ਉਹ ਇਨਸਾਨ ਕਾਮਯਾਬ ਹੋਣਾ ਠੀਕ ਹੈ ਅਸੀਂ ਉਸੇ ਕੋਸ਼ਿਸ਼ ਤੇ ਲੱਗੇ ਸਹੀ ਹੋ ਗਿਆ ਬਾਕੀ ਪਾਇਨ ਹਰ ਬੰਦਾ ਮਰਜ਼ੀ ਦਾ ਮਾਲਕ ਹੈ ਤੇ ਇੱਜ਼ਤ ਮੇਰੇ ਖਿਆਲ ਵਿੱਚ ਹਰ ਬੰਦੇ ਆ ਅੱਛੀ ਲੱਗਣੀ ਠੀਕ ਹੈ ਠੀਕ ਹੋ ਗਿਆ ਤੇ ਉਮੀਦ ਤਾਂ ਹੈ ਇਨਸ਼ਾਅੱਲਾ ਅੱਲਾ ਬਿਹਤਰ ਕਰ ਸੋ ਠੀਕ ਹੋ ਗਿਆ ਜੀ ਮਾਸ਼ਾਅੱਲਾ ਇਹ ਵੀ ਮੌਕਫ ਆ ਗਿਆ ਤੁਸੀਂ ਕੋਲ ਕਿਉਂਕਿ ਜਾਨਬਾਜ਼ ਆਫ ਸਟ੍ਰਾਈਡਿੰਗ ਅਸੀਂ ਦੇਖਨੇ ਰਹਨੇ ਆ ਵੱਡੀਆਂ ਵੱਡੀਆਂ ਗੱਡੀਆਂ ਲਾ ਕੇ ਵੈਨੀਆਂ ਉਹਨਾਂ ਚ ਕੋੜੇ ਵੀ ਹੋਣੇ ਨੇ ਔਰ ਪਾਕਿਸਤਾਨ ਦੇ ਟੌਪ ਲੈਵਲ 'ਚ ਜਾਨਬਾਜ਼ ਨਾ ਇੱਕ ਨਾਮ ਹੈ ਤੁਸਾਂ ਅਕਸਰ ਅਭੀ ਅਸੀਂ ਵੀ ਤਕਨੇ ਰਹਨੇ ਆ ਅਖਬਾਰਾਂਾਂ ਚ ਵੀ ਜਿਸ ਤਰ੍ਹਾਂ ਸੋਸ਼ਲ ਮੀਡੀਆ ਚ ਖੁਦਕਵਰ ਵੀ ਅਸਾ ਕੀਤਾ ਆ ਤੁਸਾਂ ਮਾਸ਼ਾਅੱਲਾ ਸ਼ੇਅਰ ਵੀ ਰੱਖਿਆ ਜੀ ਤੇ ਤੁਸਾਂ ਕੋਲ ਕਿਤਨੇ ਘੋੜੇ ਨੇ ਤੇ ਉਹਨਾਂ ਨਾਲ ਖੁਰਾਕ ਤੇ ਸ਼ੇਅਰ ਨਹੀਂ ਖੁਰਾਕ ਰੋਜ਼ਾਨਾ ਨਹੀਂ ਤੇ ਬੰਦੇ ਕਿਤਨੇ ਤੁਸਾਂ ਉਹਨਾਂ ਨੇ ਰੱਖੇ ਕਿਤੇ ਉਹਨਾਂ ਦੇਖਭਾਲ ਇਹ ਜ਼ਰਾ ਥੋੜਾ ਜਿਹਾ ਮੀਰ ਸਾਹਿਬ ਦੇ ਕੋ ਜਦ ਤੱਕ ਗੱਲ ਹੈ ਖੁਰਾਕ ਨਹੀਂ ਜਿਸ ਵਲੇ ਇਸਨਾ حساب ਕਰੋ ਤਾਂ ਕੋਈ ਚੀਜ਼ ਬੰਦਾ ਨਹੀਂ ਰੱਖ ਸਕਦਾ ਠੀਕ ਹੈ ਅਸਾਂ ਕੋਲ ਸ਼ੇਰ ਕੋੜੇ ਉਹਨਾਂ ਦਾ ਨਸੀਬ ਅੱਲਾ ਇੱਥੇ ਲਿਖਿਆ ਹੈ ਠੀਕ ਹੈ ਉਹਨਾਂ ਨੇ ਰਜ਼ਕ ਪਾਣੀ ਇੱਥੇ ਅਸਾਂ ਕੋਲ ਹੈ ਤੇ ਅਸੀਂ ਉਹਨਾਂ ਪਾਨੇ ਹੁੰਦੇ ਸ਼ੇਰ ਤਾਂ ਸਣੀ ਪਾਟੀ ਨੇ ਨਿਸ਼ਾਨ ਹੈ ਠੀਕ ਹੈ ਸ਼ੇਰ ਤੇ ਅਸਾਂ ਤਾਂ ਰੱਖੇ ਸਹੀ ਕੋੜੇ 12 14 ਮਹੀਨੇ ਠੀਕ ਹੈ ਤੇ ਬੀਰ ਸਾਹਿਬ ਅਸੀਂ ਜਿਸੋਲੇ ਬਾਹਰ ਵੈਨਿਆ ਪੰਜਾਬ ਨਾਲ ਗਲਬਨ ਕੋਈ ਐਸਾ ਜ਼ਿਲ੍ਹਾ ਨਹੀਂ ਕਿ ਜਿਸ ਜ਼ਿਲ੍ਹੇ ਜੋ ਅਸੀਂ ਵੈਨ ਨਾ ਕਰਕੇ ਆਏ ਹੋ ਅੱਛਾ ਪੂਰੇ ਪੰਜਾਬ ਦਾ ਗੁੱਡ ਤੇ ਦੂਸਰਾ ਹਜ਼ਾਰਾ ਡਿਵੀਜ਼ਨ ਅੱਛਾ ਜਿਸ ਲਈ ਆਪਣਾ ਜ਼ਿਲ੍ਹਾ ਛੋੜਨੇ ਆ ਹਾਂ ਤਹਿਸੀਲ ਜਿਹਾ ਤੇ ਅਸਲ ਟੈਕਸਲਾ ਨੇ ਵਾਲੇ ਨਾਲ ਸਿਆਤੇ ਵੀ ਠੀਕ ਹੋ ਗਿਆ ਤੇ ਥੋੜੇ ਜਿਹੇ ਜਿਸ ਲਈ ਦੋ ਤਿੰਨ ਜ਼ਿਲ੍ਹੇ ਜਿਹੜੇ ਕ੍ਰਾਸ ਕਰਨੇ ਆ ਅੱਛਾ ਤੇ ਫਿਰ ਅਸੀਂ ਰਵਲ ਪਿੰਡੀ ਵਾਲੇ ਨਾਲ ਸਿਆਤੇ ਠੀਕ ਹੋ ਗਿਆ ਤੇ ਦੂਸਰਾ ਇਸ ਸ਼ੋਬੇ ਵਿੱਚ ਉਹ ਪੀਟੀਆਈ ਵਾਲੇ ਕਾਫ ਲੀਗ ਵਾਲੇ ਜੁਬਾਤ ਇਸਲਾਮੀ ਵਾਲੇ ਉਹ ਤਕਰੀਬਨ ਸਾਰੇ ਦੋਸਤ ਨਾਲ ਸਾਰੇ ਅੱਛਾ इस फील्ड अच्छा। तो 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 से आ इस फील्ड से अच्छा असा नो ना कोई तनाज़ कोई तनाज़ नहीं एक रो आम कासरे वे कि जड़ा ये तुसा खास तौर पे जड़ा खेड़ा वाला शोभा इंतखाब कीता है घोड़सवारी ये नेताबाजी ये इस वास्ते कीता है कि नौजवान नस्ल आ मुस्लिम सरगर्मियां वाले पासे लाड़े हस्ते और जेड़े गलत काम उन मन छा पीना ये उनो तो बचाने हस्ते ई मतलब तुसा ने जाय जे क्या वाकई ਐਸਾ ਬਸਤਰਾ ਹੈ ਕਿ ਆਸਾਨੀ ਹੋਣ ਜਿਹੜੀ ਗੇਮ ਹੈ ਨਾ ਇਸ ਵਿੱਚ ਅਸੀਂ ਕੁ ਕਮੀਆਂ ਮਹਿਸੂਸ ਕਰਨੇ ਠੀਕ ਲੇਕਿਨ ਅਸਾਂ ਜਿਹੜੀਆਂ ਕਮੀਆਂ ਨੂੰ ਗਵਰਨਮੈਂਟ ਦੂਰ ਜੇਕਰ ਕਰੇ ਤੇ ਕਰ ਸਕੀ ਬਾਕੀ ਕਿਸੇ ਬੰਦੇ ਨੇ ਵਸ ਨਾ ਕਰ ਗਲ ਨਹੀਂ ਠੀਕ ਕਬੂਤਰ ਉਡਾਣੇ ਵਾਲੇ ਜਿਹੜੇ ਆ ਉਹ ਪਹਿਲੇ ਛੋਟੇ ਛੋਟੇ ਖਾਤੇ ਕਰਨੇ ਉਹਨਾਂ ਮੈਚ ਹੈ ਤੁਸੀਂ ਮੋਟਰਸਾਈਕਲ ਇਨਾਮ ਰੱਖੋ ਸਹੀ ਉਹਨਾਂ ਮੋਟਰਸਾਈਕਲ ਇਨਾਮ ਰੱਖੇ ਸੋਨੇ ਨੇ ਲਾਕਟ ਨਾਮ ਰੱਖੇ ਇਸ ਦੀ ਵਜ੍ਹਾ

अच्छा सा जो खेड दिलसिला इसे पी टीआई या कांग्रेस सारे अच्छे काली सालुकात क्या सियासत भी इंजी नहीं होना चाहिए ना कि मिसाल के तौर पर इत मुस्लिम लीग नून ने मुखालफी पीटीआई है मसलन सरवर खान साहब हुई ठीक है जी इसी तरह दीगर पार्टियां जमात इस्लामी है तहरीके लबैक है पीपल्स पार्टी है ਕਿ ਸਾਰਿਆਂ ਦੇ ਤਾਲੁਕਾਤ ਸਿਆਸੀ ਮੁਖਾਲਫਤ ਜ਼ਰੂਰ ਰਹੇ ਲੇਕਿਨ ਇੱਕ ਜਿਹੜਾ ਤਹਿਜ਼ੀਬ ਨਾ ਸ਼ਾਇਸਤਗੀ ਨਾ ਜਿਹੜਾ ਉਹ ਚੀਜ਼ ਰਹਿਣੀ ਚਾਹੀਨੀ ਹੈ ਮੀਰ ਸਾਹਿਬ ਇਸ ਤਰ੍ਹਾਂ ਹੈ ਕਿ ਸਿਆਸਤ ਜਿਸ ਚੀਜ਼ ਆ ਆਖਿਆ ਜੁਲਨਾ ਹੈ ਨਾ ਸਿਆਸਤ ਸੋਚ ਆਖਿਆ ਜੁਲਨਾ ਹੈ ਇੱਕ ਦੂਜੇ ਅਸੀਂ ਨੁਕਸਾਨ ਪਹੁੰਚਾ ਸਕਨੇ ਆ ਤੇ ਬਜਾਏ ਇਸ ਨੇ ਅਸੀਂ ਦੂਏ ਪਾਸੋਂ ਵੀ ਤਾਂ ਰੇਸ ਲਾ ਸਕਨੇ ਆ ਨਾ ਸਹੀ

کے کے پھر چاہے بھی ویسے بھی آنے ان کے صافی معاشرے نیں کان اگ ہاتھ پیروں نے اسی طرح دوسری چیز ہے کہ اساں نہیں اج کل جڑی نوجوان نسل زیادہ نیٹ کھیلے جی ٹھیک ہو گیا ڈاٹ تو یہ چیزاں تکنیک صحیح اساں سارے لوکاں نے کو پرانی تاریخ پیتے آویں اسی جی اسیں جی اگر اج اس سٹیج تے آیاں تا اخر پیچھے کسی دی محنت شامل ہے ٹھیک ہے ਕੋਈ ਸਥਾਨ ਲੈ ਚਾਹ ਕੇ ਨੂੰ ਇਸ ਮਕਾਮ ਤੇ ਆਇਆ ਤਾਂ ਆਖਰ ਪਿੱਛੇ ਕੋਈ ਨਾ ਕੋਈ ਹਿਸਟਰੀ ਉਹਨਾਂ ਦੀ ਹਿਸਟਰੀ ਹੈ ਠੀਕ ਹੋ ਗਿਆ ਤੇ ਅਸਾਂ ਲੋਕਾਂ ਚਾਹੇ ਉਹ ਬਜ਼ੁਰਗ ਅਸਾਂ ਨੇ ਅਸਾਂ ਨੇ ਕਿਸੇ ਸਿਆਸੀ ਮੁਖਾਲਫ ਨੇ ਨਹੀਂ ਜਾਂ ਕੋਈ ਵੀ ਉਹਨਾਂ ਨੇ ਤਾਰੀਖ ਨਹੀਂ ਬੋਲਣੀ ਚਾਹੀਦੀ ਨਹੀਂ ਬੋਲਣੀ ਚਾਹੀਦੀ ਲੀਕ ਨੂੰ ਨਹੀਂ ਇੱਕ ਗਵਰਨਮੈਂਟ ਜਿਸ ਵੇਲੇ ਨਹੀਂ ਆਈ ਹੈ ਸਰ ਪੈਟਰੋਲ ਨਹੀਂ ਜਿਸ ਤਰ੍ਹਾਂ ਔਰ ਡੀਜ਼ਲ ਦੀ ਕੀਮਤ ਵਧੀ ਹੈ ਡਾਲਰ 200 ਤੇ 10 12 13 ਰੁਪਏ ਚਲਾ ਗਿਆ ਕੀ ਇਹ ਗੱਲ ਤੁਸੀਂ ਵੀ ਦੇਖਨੇ ਹੋ ਮੁਲਕ ਨੇ ਹਾਲਾਤ ਮੇਰੇ ਸਾਬ ਇਨਸ਼ਾਅੱਲਾ ਮੁਲਕ ਨੇ ਹਾਲਾਤ ਅੱਛੇ ਹੋ ਸੋ ਅੱਛਾ ਇਹ ਬਾਕੀ ਪਿਛਲੀ ਹਕੂਮਤ ਨੇ ਮੁਆਦੇ ਹੋਏ ਨੇ ਸਹੀ ਸਹੀ ਹੈ ਦੇਖੋ ਇੱਕ ਦੋ ਮਹੀਨੇ ਵਿੱਚ ਸਾਰੇ ਮੁਆਦੇ ਨਹੀਂ ਹੋ ਸਕਨੇ ਸਹੀ ਹੈ ਇਹਦੇ ਉਹਨਾਂ ਕੀਤੇ ਇਹਨਾਂ ਨਾਲ ਵਧਾਣਾ ਮਜਬੂਰੀ ਦੂਸਰਾ ਅਸਾਂ ਦੀ ਪਾਰਟੀ ਇਹ ਇਸ ਕੰਮ ਅਸ ਕੰਮ ਮੁਲਕ ਸੇ ਕੰਮ ਕਰੋ ਬਾਤ ਚਲਾਣੇ ਦਾ ਤਜਰਬਾ ਹੈ ਠੀਕ ਹੋ ਗਿਆ ਤੇ ਮੀਰ ਸਾਹਿਬ ਜਿਸ ਲਈ ਆਵਾਮ ਕੋਲ ਪੈਸਾ ਹੋਵੇ ਕੰਮ ਕਰੋ ਬਾਰ ਹੋਵੇ ਸਹੀ ਫਿਰ ਮਹਿੰਗਾਈ ਨੇ ਕੋਈ ਅਸਰ ਨਹੀਂ ਪੈਣਾ ਸਹੀ ਤੁਸੀਂ ਨਵਾਜ਼ ਸ਼ਰੀਫ ਨੂੰ ਕੋਈ ਵੀ ਦੌਰ ਚਾਹ ਕਰੋ ਠੀਕ ਹੈ ਤੇ ਉਸ ਵਿੱਚ ਕੰਮ ਕਰੋ ਬਾਰ ਠੀਕ ਰਹੇ ਠੀਕ ਹੋ ਗਿਆ ਸਹੀ ਹੁਣ ਦੂਸਰਾ ਹਰ ਬੰਦਾ ਤਜਜ਼ੀਆ ਕਰਨਾ ਹੈ ਸਹੀ ਕਿ ਡੇਢ ਸਾਲ ਜੇ ਅਗਰ ਇਹ ਹਕੂਮਤ ਨਾ ਕਿ ਨਵਾ ਆਂਦੇ ਆਂਦਾ ਬੜੀ इजीली ਇਹਨਾਂ ਨੇ ਹਕੂਮਤ ਬਣਾਇਆ ਠੀਕ ਹੋ ਗਿਆ ਵੀਰ ਸਾਹਿਬ ਜੇ ਅਗਰ ਇਹ ਹੁਣ ਵੀ ਗਵਰਨਮੈਂਟ ਨਾ ਲਾਵਾਂ ਤੇ ਅੱਲਾ ਮਾਫ ਕਰਨ ਅਸਾਂ ਨੇ ਮੁਲਕ ਹੀ ਨਹੀਂ ਰਹਿਣਾ ਆ ਹੁਣ ਵੀ ਹਾਲਾਤ ਵੇਖ ਕੇ ਨੋ ਨੇ ਗਵਰਨਮੈਂਟ ਲੈਣੇ ਨੇ ਬਾਵਜੂਦ पेट्रोल पे जुलना है डालर पे जुलना है डेढ़ साल और इमरान हो और ला जुल हालात हो इलेक्शन लड़ाया, तो अंदर के आखना है तो दिल क्या अंदर नहीं आवाज क्या आखनी तो मीर साहब इस तरह है जिस तरह है ना सियासत आबादत है इस शक नहीं देले गाला ने किसी गरीब कोई तकलीफ ना तो ंडल अक्सर इस तरह नाराज तो तो हो जुड़ी मसला हल हो रहा है एक मंडल ज्याति दू मंडल ज्याती हुई लेकिन गल अवाम गी रखना असा रब आ देखना है कोशिश यही है कि अल्लाह पाक जी अगर है, है। असाने पैरों कम अज कम जरा गरीब है ਉਸਨ ਕੋਈ ਨੁਕੀ ਫਾਇਦਾ ਹੋਣਾ ਨਹੀਂ ਕੋਈ ਨੁਕੀ ਫਾਇਦਾ ਹੋਣਾ ਚਾਹੀਦਾ ਠੀਕ ਹੋ ਗਿਆ ਅਬ ਇਹ ਇੰਟਰਵਿਊ ਦੇਣਾ ਹੈ ਨਾ ਕਿਉਂ ਰਜ਼ਿਸਟ ਹਾ ਹ ਦੇਖੋ ਇੰਟਰਵਿਊ ਦਾ ਮਕਸਦ ਕੀ ਹੋਣਾ ਹੈ ਠੀਕ ਹੈ ਇੰਟਰਵਿਊ ਦਾ ਮਕਸਦ ਆਮ ਤੱਕ ਆਪਣੀ ਆਵਾਜ਼ ਪਹੁੰਚਾਉਣਾ ਹੋਣਾ ਹੈ ਠੀਕ ਹੈ ਮੈਂ ਪੂਰਾ ਬਲਦਿਆਤ ਲੜਿਆ ਠੀਕ ਹੋ ਗਿਆ ਮੈਂ ਕਿਸੇ ਸਟੇਜ ਤੇ ਉਰਦੂ ਤਕਰੀਰ ਨਹੀਂ ਕੀਤੀ ਠੀਕ ਹੈ ਵੱਡਾ ਮਕਸਦ ਸਿਰਫ ਸਮਝਾਉਣ ਨਾਲ ਹੈ ਠੀਕ ਹੋ ਗਿਆ ਦਿਖਾਵੇ ਨਾਲ ਨਹੀਂ ਹੋਣਾ ਸਹੀ ਰਹਿਬ ਔਰ ਕਲੋਨੀ ਜੀ ਐਚ ਐਮ ਸੀ ਜਸਾ ਨੇ ਇੱਕ ਜਲਸਾ ਹੋਇਆ ਹੈ ਉਥੇ ਨਹੀਂ عوام ਜ਼ਿਆਦਾ ਪੜ੍ਹੀ ਲਿਖੀ ਠੀਕ ਹੈ ਮੈਂ ਕੋਸ਼ਿਸ਼ ਕੀਤੀ ਯਾਰ ਇਹਨਾਂ ਨਾਲ ਉਰਦੂ 'ਚ ਮੈਂ ਤਕਰੀਰ ਕਰਾਂ ਠੀਕ ਹੋ ਗਿਆ ਜੋ ਹੀ ਉਰਦੂ 'ਚ ਮੈਂ ਸਟਾਰਟ ਕੀਤੀ ਇਹ ਤੇ عوام ਹੱਥ ਕੱਲੇ ਕੀ ਤੈਨੂੰ ਨਾ ਕਰਨੀ ਨਹੀਂ ਨਹੀਂ ਤਕਰੀਰ ਜਿਸ ਤਰ੍ਹਾਂ ਕਰਨੀ ਉਸੇ ਤਰ੍ਹਾਂ ਕਰੋ ਅੱਛਾ ਅੱਛਾ ਉਹਨਾਂ ਵੇਰ ਮੈਂ ਕਿਹਾ ਮੈਂ ਗੱਲ ਸੁਣੋ ਫਿਰ ਕੀ ਹਾਲ ਨੇ ਤੇ ਸਾਰੇ ਹਸਣੇ ਲੱਗ ਗਏ ਠੀਕ ਹੋ ਗਿਆ ਮੇਰੇ ਸਾਹਿਬ ਅਸਲ ਮਕਸਦ ਆਪਣੀ ਗੱਲ ਸਮਝਾਣਾ ਹੈ ਠੀਕ ਹੋ ਗਿਆ ਮੇਰੇ ਖਿਆਲ ਵਿੱਚ ਆਪਣੀ ਜ਼ੁਬਾਨ ਤੇ ਜ਼ਿਆਦਾ ਬਿਹਤਰ ਸਮਝ ਬਿਹਤਰ ਸਮਝ ਆਖਰੀ ਸਵਾਲ ਹੈ ਸਰ ਆਖਰੀ ਸਵਾਲ ਇਹ ਵੀ ਇਸ ਇਲਾਕੇ ਨੇ ਆਵਾਮ ਆ ਸ਼ਹਿਰ ਨੇ ਆਵਾਮ ਆ ਹਲਕਾ ਪੀਪੀ 19 ਨੇ ਆਵਾਮ ਆ ਡੇਰਾ ਹਾਜੀ ਦਿਲਦਾਰ ਤੋਂ ਹਾਜੀ ਇਬਰਾਰ ਦਿਲਦਾਰ ਖਾਨ ਸਾਹਿਬ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੇਰੇ ਸਾਹਿਬ ਦੇਖੋ ਅਸੀਂ ਸਾਰੇ ਪਾਕਿਸਤਾਨੀ ਸ਼ਹਿਰੀ ਹਾਂ ਅਸੀਂ ਲੋਕ ਜੇ ਅਗਰ ਵੋਟ ਵੀ ਪਾਣੇ ਆ ਤੇ ਚਾਚੇ ਮਾਮੇ ਤੇ ਪਾਣੇ ਆ ਮੈਂ ਤੇ ਇਹ ਗੱਲ ਆ ਰਹਾ ਕਿ ਕੋਈ ਵੀ ਅਚਾ ਹੈ ਜਿਹੜਾ ਵੀ ਅਚਾ ਹੈ ਵੋਟ ਉਸਾਂ ਪਾਣੀ ਚਾਹੀਨੀ ਦੂਸਰਾ ਅਸਾਨੀ ਪਾਰਟੀ ਪਿਛਲੇ ਜਨਰਲ ਇਲੈਕਸ਼ਨ ਤੋਂ ਬਾਅਦ ਥੋੜੀ ਮੁੰਤਸ਼ਿਹਰੀ ਅਸਾਨੀ ਪਾਰਟੀਆਂ ਮਨਜ਼ਮ ਹੋਣਾ ਚਾਹੀਦੇ ਅਸਾਂ ਨੇ ਜਿਹੜਾ ਖਾਸ ਤੌਰ ਤੇ ਅਲਤਰਾ 63 ਹੈ ਇਹ ਮੁਸਲਮ ਲੀਗ ਨੇ ਠੀਕ ਹੈ ਇਹ ਹਮੇਸ਼ਾ ਮੁਸਲਮ ਲੀਗ ਨਾ ਰਹੇ ਅੱਛਾ ਅਸਨੇ ਦਰਵਾਜ਼ੇ ਹਮੇਸ਼ਾ ਪੀਪੀ 19 ਨਹੀਂ ਐਨੇ ਤਰੇ ਐਨੇ ਤਰੇ ਠੀਕ ਹੈ ਕਿਉਂਕਿ ਅਸਨੇ ਬਜ਼ੁਰਗਾਂ ਨੇ ਤਲਕਾਤ 20 ਜੀ ਬੀਆ ਨਸੀ ਵੀ ਜੇ ਇਲੈਕਸ਼ਨ ਲੜੇ ਇਸ ਤਰ੍ਹਾਂ ਹੀ ਤੇ ਐਨੇ ਤਰੇ ਪੀਪੀ 19 ਇਹ ਪੀਪੀ ਵੀ ਨਹੀਂ ਅਸਨ ਡੇਰਾ ਹਰ ਬੰਦੇ ਇਸ ਤੇ ਖੁੱਲਦੇ ਹੈ ਕਿ ਖਦਮਤ ਨਿਗਾਲ ਉਸ ਵਿੱਚ ਉੱਚਾ ਇੱਕ ਪੀਟੀਆਈ ਨਾ ਹੋਵੇ ਪੀਪਲਸ ਪਾਰਟੀ ਨਾ ਹੋਵੇ ਜਿਸ ਨਾਲ ਮਰਜ਼ੀ ਇਹ ਟਕਾ ਰਹੇ ਕੋਈ ਤਫਰੀਕ ਨਹੀਂ ਕੋਈ ਤਫਰੀਕ ਨਹੀਂ ਕੋਈ ਤਫਰੀਕ ਠੀਕ ਹੋ ਗਿਆ ਤੇ ਬਾਕੀ ਇਲੈਕਸ਼ਨ ਜਿਸ ਵੇਲੇ ਆਸੀ ਉਹ ਫਿਰ ਅਸਾਂ ਨੇ ਨੂਨ ਨਹੀਂ ਨੂਨ ਨਹੀਂ ਅਸੀਂ ਠੀਕ ਹੋ ਗਿਆ ਜੀ ਤੇ ਬਾਅਦ ਆ ਆਪਣੇ ਜਿਹੜੇ ਅਸਾਂ ਨੇ ਨੂਨ ਨੇ ਵਰਕਰ ਹਨ ਜੋ ਵੀ ਉਹਨਾਂ ਇਹ ਮੈਸੇਜ ਦੇ ਸਾਂ ਕਿ ਇਤਫਾਕ ਤੇ ਬਰਕਤ ਹੈ ਠੀਕ ਹੋ ਗਿਆ ਤੇ ਜਿਸ ਵੇਲੇ ਅਸੀਂ ਇਤਫਾਕ ਰੱਖਾਂ ਤੇ ਅੱਲਾਹ ਪਾਕ ਅਸਾਂ ਇੱਜ਼ਤ ਦੇ ਸੋਂ ਸਹੀ ਅੱਜ ਦੇਖੋ ਅਸਾਂ ਨਹੀਂ ਹਕੂਮਤ ਆਈ ਹੈ ਤੇ ਹਰ ਬੰਦਾ ਕੋਸ਼ਿਸ਼ ਕਰੇ

ਤੇ ਸਾਬ ਤੁਸਾਂ ਨੂੰ ਵੀ ਸ਼ੁਕਰੀਆ ਹੈ ਮੈਂ ਪਹਿਲੇ ਸਟਾਰਟਿੰਗ ਜੀ ਵੀ ਇਹ ਗੱਲ ਦਸੀ ਹੈ ਕਿ ਅਸਾਂ ਨੇ ਆਪਣੇ ਸ਼ਹਿਰ ਨਾਲ ਅਖਬਾਰ ਜੀ ਜੀ ਇਸ ਤਰ੍ਹਾਂ ਦੂਸਰਾ ਅਸੀਂ ਖਾਸ ਤੌਰ ਤੇ ਜਿਹੜੇ ਟੈਕਸ ਲਾ ਲਏ ਆ ਅਸੀਂ ਆਪਣੀ ਰੋਜ਼ੀ ਪੱਥਰ ਚ ਕੱਢਨੇ ਸਹੀ ਔਰ ਕਿਸੇ ਬੰਦੇ ਨੂੰ ਤਾਂ ਕਿ ਨੂੰ ਕਿਸੇ ਨੇ ਕਿਸੇ ਹਵਾਲੇ ਨਾਲ ਉਹ ਪੱਥਰ ਨਾਲ ਟੱਚ ਜ਼ਰੂਰ ਜਿਹੜਾ ਟੱਚ ਹੈ ਉਹ ਮੁੱਚ ਲੈ ਕੇ ਠੀਕ ਹੋ ਗਿਆ ਤੇ ਮੰਡੀ ਤੇ ਕੋਸ਼ਿਸ਼ ਵੀ ਹੋ ਸੀ ਤੇ ਮੈਂ ਇਹ ਗੱਲ ਆਖਾਂ ਕਿ ਕੋਸ਼ਿਸ਼ ਕਰੋ ਸੱਚ ਲਿਖੋ ਠੀਕ ਸੱਚ ਦੱਸੋ ਸਹੀ

ਆਪਣੇ ਮਹਿਮਾਨਾਂ ਨਾਲ ਇਨਸ਼ਾਅੱਲਾ ਸਿਆਸਾ ਵੈਸਾ ਉਹਨਾਂ ਨਾਲ ਵੀ ਕਾਪਸ਼ਪ ਲੱਗਸੀ ਜੀ ਸਾਹਿਬ ਔਰ ਦੀਗੇ ਸਾਰੇ ਦੋਸਤਾਂ ਨੂੰ ਸ਼ੁਕਰੀਆ ਅਸਲਾਮੁਅਲੈਕੁਮ ਵ ਰahmatullahi